ਬੋਲੋ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ ਜੈ। ਹਾਂਜੀ ਥੱਲੇ ਦੇਖੋ ਬਾਕੀ ਬੋਲੋ ਹਾਲੇਲੂਯਾ ਹਾਲੇਲੂਯਾ। ਮੈਂ ਬਹੁਤ ਢਿੱਲਾ ਸੀ, ਧਿਆਨ ਸੇ ਸੁਣੋ ਮੇਰੀ ਗੱਲ ਸੁਣਨਾ ਪਹਿਲੇ, ਫਿਰੋਜ਼ਪੁਰ ਦਾਖਲ ਕੀਤਾ 14 ਇੱਕ ਮਿੰਟ ਮੇਰੀ ਗੱਲ ਸੁਣਨਾ, ਮੈਂ ਜੋ ਪੁੱਛਾਂਗਾ ਤੁਸੀਂ ਬੋਲਣਾ ਹੈ। ਬੋਲੋ ਹਾਲੇਲੂਯਾ ਹਾਲੇਲੂਯਾ। ਕੀ ਨਾਮ ਹੈ ਤੁਹਾਡਾ? ਰਾਜ ਸਿੰਘ। ਉਧਰ ਦੇਖੋ ਕੈਮਰੇ ਵੱਲ, ਰਾਜ ਸਿੰਘ। ਹਾਂਜੀ। ਕਿਹੜਾ ਪਿੰਡ ਹੈ ਤੁਹਾਡਾ? ਮੂਣ ਕੇ ਉਤਾੜ। ਕੀ ਪ੍ਰੋਬਲਮ ਸੀ ਤੁਹਾਨੂੰ? ਛਾਤੀ ਜਾਮ ਦੀ। ਔਰ ਬਹੁਤ ਜ਼ਿਆਦਾ ਇਨਫੈਕਸ਼ਨ ਸੀ ਛਾਤੀ ਦੇ ਵਿੱਚ, ਲੀਵਰ ਦੇ ਵਿੱਚ ਸੋਜ ਸੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹਨਾਂ ਦੀ ਪਹਿਲੇ ਕੰਡੀਸ਼ਨ ਸੀ, ਇਹਦੇ ਵਿੱਚ ਐਲਈਡੀ ਦੇ ਵਿੱਚ ਜਦ ਫਸਟ ਟਾਈਮ ਅਸੀਂ ਇਹਨਾਂ ਨੂੰ ਮਿਲੇ ਹਾਂ ਪ੍ਰੇਅਰ ਦੇ ਲਈ, ਤਾਂ ਇੱਦਾਂ ਦੀ ਕੰਡੀਸ਼ਨ ਸੀ ਇਸ ਨੌਜਵਾਨ ਦੀ। ਘਰ ਦੇ ਵਿੱਚ ਹੀ ਸਿਲੰਡਰ ਵਗੈਰਾ ਲੱਗਿਆ ਹੋਇਆ, ਆਕਸੀਜਨ ਲੱਗੀ ਹੋਈ ਹੈ। ਪ੍ਰਭੂ ਦਾ ਸ਼ੁਕਰ ਹੈ ਕਿ ਬੇਟਾ ਜਦੋਂ ਤੁਹਾਡੇ ਲਈ ਪ੍ਰਾਰਥਨਾ ਹੋਈ, ਕੀ ਮਹਿਸੂਸ ਕੀਤਾ ਤੁਸੀਂ ਦੱਸੋ? ਹੁਣ ਇੱਧਰ ਫੜਾ ਦਿਓ, ਬੇਟੇ ਨੂੰ ਫੜਾ ਦਿਓ। ਮਤਲਬ ਬਹੁਤ ਹੀ ਔਖੀ ਕੰਡੀਸ਼ਨ ਸੀ ਜਿਸ ਦਿਨ ਇਹਨਾਂ ਦੇ ਵਾਸਤੇ ਫਸਟ ਪ੍ਰਾਰਥਨਾ ਹੋਈ ਹੈ, ਔਰ ਉਸ ਦਿਨ ਏਦਾਂ ਲੱਗ ਰਿਹਾ ਸੀ ਕਿ ਤਾਂ ਔਖਾ ਆ, ਪਰ ਵਿਸ਼ਵਾਸ ਜਿਹੜਾ ਆ ਸਭ ਕੁਝ ਕਰ ਸਕਦਾ ਹੈ। ਸਕਰੀਨ ਤੇ ਦਿਖਾਣਗੇ ਉਹ ਪਹਿਲੇ ਵਾਲੀ ਫੋਟੋ, ਔਰ ਵੀ ਕਈ ਫੋਟੋ ਹੈਗੀਆਂ ਪਰ ਸਾਨੂੰ ਇੱਕ ਹੀ ਇਹਨਾਂ ਨੇ ਫੋਟੋ ਦਿੱਤੀ ਹੈ ਜਿਹੜੀ ਪਹਿਲੇ ਵਾਲੀ ਫੋਟੋ ਸੀ। ਏਦਾਂ ਦੀ ਕੰਡੀਸ਼ਨ ਸੀ, ਤੁਰਨਾ ਬੋਲਣਾ ਬੜਾ ਹੀ ਔਖਾ ਸੀ, ਪਰ ਪ੍ਰਾਰਥਨਾ ਰੰਗ ਲੈ ਕੇ ਆਉਂਦੀ ਹੈ। ਪ੍ਰਭੂ ਦਾ ਧੰਨਵਾਦ ਹੈ ਕਿ ਅੱਜ ਨੌਜਵਾਨ ਤੁਹਾਡੇ ਵਿਚਾਲੇ ਖੜਾ ਆ ਤੇ ਤੰਦਰੁਸਤ ਹੋ ਕੇ ਪ੍ਰਭੂ ਯਿਸੂ ਮਸੀਹ ਦੀ ਦਇਆ ਹੈ, ਇਹ ਉਹਦੀ ਕਿਰਪਾ ਹੈ। ਬੇਟਾ ਬਣੇ ਰਹਿਣਾ ਪ੍ਰਭੂ ਦੇ ਵਿੱਚ, ਉਹਦੀ ਮੁਕਤੀ ਨੂੰ ਪ੍ਰਾਪਤ ਕਰਨਾ, ਹਮੇਸ਼ਾ ਯਿਸੂ ਦੀ ਆਗਿਆ ਤੇ ਚੱਲਣਾ ਆ ਹਮੇਸ਼ਾ ਹੀ। ਇਹ ਤਾਂ ਇੱਕ ਛੋਟਾ ਸਾ ਸਾਨੂੰ ਗਿਫਟ ਮਿਲਿਆ ਚੰਗਿਆਈ, ਉਹ ਸਾਨੂੰ ਸਵਰਗ ਵੀ ਦੇਣਾ ਚਾਹੁੰਦਾ ਹੈ, ਹਮੇਸ਼ਾ ਉਹਦੇ ਨਾਲ ਬਣਿਆ ਰਹਿਣਾ। ਪ੍ਰਭੂ ਬਰਕਤ ਦੇ, ਗੋਡ ਬਲੈਸ ਯੂ। ਮੈਂ ਥੈਂਕ ਯੂ। ਸਭ ਬੋਲੇਂਗੇ ਹਾਲੇਲੂਯਾ।